ਸਾਸ੍ਰੀਕਾਲ ਦੋਸਤੋ ਬਿਟਕੋਇਨ ਦਾ ਪ੍ਰਾਈਸ 90 ਦਿਨਾਂ ਵਿੱਚ 1 ਮਿਲੀਅਨ ਤੋਂ ਵੀ ਉੱਪਰ ਚਲਾ ਜਾਊਗਾ 1 ਮਿਲੀਅਨ ਡਾਲਰ ਭਾਵ ਅੱਜ ਦੇ ਹਿਸਾਬ ਨਾਲ ਗੱਲ ਕਰੀਏ ਤਾਂ 8 ਕਰੋੜ 25 ਲੱਖ ਇਤੋਂ ਵੀ ਜ਼ਿਆਦਾ ਦਾ ਪ੍ਰਾਈਸ ਚਲਾ ਜਾਊਗਾ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੇ ਨੇ ਬਾਲਾ ਜੀ ਸ੍ਰੀ ਨਿਵਾਸਨ ਹੁਣ ਬਾਲਾ ਜੀ ਸ੍ਰੀ ਨਿਵਾਸਨ ਕੌਣ ਨੇ ਇਹ ਹੈਗੇ ਨੇ ਅਮਰੀਕਨ ਐਂਟਰਪ੍ਰੈਨਿਅਰ ਤੇ ਇਨਵੈਸਟਰ ਜਿਨ੍ਹਾਂ ਨੇ ਜਿਹੜੀ ਕੋ-ਫਾਊਂਡਿੰਗ ਕੀਤੀ ਸੀ ਕਾਉਂਸਲ ਜਿਹੜੀ ਕੋਈ ਕੰਪਨੀ ਸੀਗੀ ਤੇ ਇਹਦੇ ਨਾਲ ਨਾਲ ਇਹ ਸੀਟੀਓ ਯਾਨੀ ਕਿ ਚੀਫ ਟੈਕਨੋਲੋਜੀ ਆਫੀਸਰ ਸੀਗੇ ਕੋਇਨ ਬੇਸ ਦੇ ਤੇ ਫਾਰਮਰ ਜਨਰਲ ਪਾਰਟਨਰ ਸੀਗੇ ਵੈਂਚਰ ਕੈਪੀਟਲ ਫਰਮ ਐਂਡਰਸਨ ਹਰੀਵਿਟਸ ਦੇ ਤਾਂ ਇਹਨਾਂ ਨੇ ਕੀ ਕਿਹਾ ਹੈਗਾ ਇਹਨਾਂ ਨੇ 1 ਮਿਲੀਅਨ ਡਾਲਰ ਦੀ ਸ਼ਰਤ ਲਾਈ ਹੈ 1 ਮਿਲੀਅਨ ਡਾਲਰ ਦੀ ਕੀ ਦੇ ਜਵਾਬ ਵਿੱਚ ਜੇਮਸ ਮੈਡਲੌਕ ਦੇ ਜਵਾਬ ਵਿੱਚ ਉਨੇ ਕਿਹਾ ਸੀਗਾ ਵੀ ਮੈਂ ਸ਼ਰਤ ਲਾਉਣਾ ਇੱਕ ਮਿਲੀਅਨ ਡਾਲਰ ਦੀ ਵੀ ਜਿਹੜਾ ਯੂਐਸਏ ਦਾ ਡਾਲਰ ਹੈਗਾ ਜਾਂ ਯੂਐਸਏ ਵਿੱਚ ਬਹੁਤ ਜ਼ਿਆਦਾ ਮਹਿੰਗਾਈ ਹਾਈਪਰ ਇਨਫਲੇਸ਼ਨ ਨਹੀਂ ਹੋਊਗੀ ਤਾਂ ਇਹਦੇ ਜਵਾਬ ਵਿੱਚ ਬਾਲਾਜੀ ਨੇ ਕੀ ਕਿਹਾ ਵੀ ਮੈਂ ਸ਼ਰਤ ਲਾਉਣਾ ਹੈਗਾ ਵੀ ਜਿਹੜਾ ਇੱਕ ਬਿਟਕੋਇਨ ਦਾ ਪ੍ਰਾਈਸ ਹੈਗਾ 1 ਮਿਲੀਅਨ ਡਾਲਰ ਤੋਂ ਵੀ ਜ਼ਿਆਦਾ ਹੋ ਜਾਏਗਾ ਉਹ ਵੀ ਸਿਰਫ 90 ਦਿਨਾਂ ਵਿੱਚ ਯਾਨੀ ਕਿ ਜੋ ਅੱਜ ਦਾ ਪ੍ਰਾਈਸ ਚੱਲ ਰਿਹਾ ਹੈ ਕੱਲ ਇਹਨੇ ਟਵੀਟ ਕੀਤਾ ਸੀਗਾ ਤਾਂ ਉਦੋਂ ਪ੍ਰਾਈਸ 26000 ਡਾਲਰ ਸੀਗਾ ਬਿਟਕੋਇਨ ਦਾ ਤਾਂ ਉਹਨੇ ਕਿਹਾ ਵੀ 26000 ਡਾਲਰ ਜਿਹੜਾ ਬਿਟਕੋਇਨ ਦਾ ਪ੍ਰਾਈਸ ਚੱਲ ਰਿਹਾ ਹੈਗਾ ਉਦੋਂ ਇਹ 40 ਗੁਣਾ ਹੋ ਜਾਏਗਾ ਉਹ ਵੀ ਸਿਰਫ 90 ਦਿਨਾਂ ਵਿੱਚ ਦੇਖੋ ਐਡੀ ਵੱਡੀ ਸ਼ਰਤ ਲਾ ਲਈ ਹੈਗੀ ਬਾਲਾਜੀ ਸ੍ਰੀਨਵਾਸਨ ਨੇ ਵੀ ਜੇ ਬਿਟਕੋਇਨ ਦਾ ਪ੍ਰਾਈਸ 1 ਮਿਲੀਅਨ ਡਾਲਰ ਯਾਨੀ ਕਿ 8 ਕਰੋੜ 25 ਲੱਖ ਅੱਜ ਦੀ ਡੇਟ ਦੇ ਅਕੋਰਡਿੰਗ ਇਤੋਂ ਜ਼ਿਆਦਾ ਨਾ ਹੋਇਆ ਤਾਂ ਮੈਂ 1 ਮਿਲੀਅਨ ਯੂਐਸਡੀ ਉਸ ਸ਼ਰਤ ਲਾਉਣ ਵਾਲੇ ਨੂੰ ਦੇਵਾਂਗਾ ਤੇ ਜੇਕਰ ਬਿਟਕੋਇਨ ਦਾ ਪ੍ਰਾਈਸ 1 ਮਿਲੀਅਨ ਡਾਲਰ ਤੋਂ ਜ਼ਿਆਦਾ ਹੋ ਗਿਆ ਤਾਂ ਜਿਨੇ ਸ਼ਰਤ ਲਾਈ ਹੋਊਗੀ ਉਹ ਮੈਨੂੰ 1 ਮਿਲੀਅਨ ਡਾਲਰ ਦੇ ਦੇਊਗਾ ਤਾਂ ਦੇਖੋ ਇੱਕ ਕਿੱਡੀ ਵੱਡੀ ਸ਼ਰਤੇ ਵੀ 90 ਦਿਨਾਂ ਵਿੱਚ ਐਡੀ ਜ਼ਿਆਦਾ ਉਛਾਲ ਬਿਟਕੋਇਨ ਵਿੱਚ ਆਉਣਾ ਕੀ ਸੰਭਵ ਹੈਗਾ ਪਰ ਇਹ ਤੋਂ ਪਹਿਲਾਂ ਥੋੜੀ ਜੀ ਇੱਕ ਹੋਰ ਚੀਜ਼ ਮੈਂ ਦਿਖਾਉਣੀ ਚਾਹਣਾ ਵੀ ਇਹ ਬਾਲਾਜੀ ਸ੍ਰੀਨਿਵਾਸਨ ਬੰਦਾ ਆਖਿਰ ਹੈ ਕੀ ਚੀਜ਼ ਨੇ 30 ਜਨਵਰੀ 2020 ਨੂੰ ਇੱਕ ਟਵੀਟ ਕੀਤਾ ਸੀਗਾ ਗੋਇੰਗ ਵਾਇਰਲ ਵਾਟ ਇਫ ਥਿਸ ਕਰੋਨਾ ਵਾਇਰਸ ਇਜ਼ ਦਾ ਪੈਂਡੈਮਿਕ ਥੈਟ ਪਬਲਿਕ ਹੈਲਥ ਪੀਪਲ ਹੈਵ ਬੀਨ ਵਾਰਨਿੰਗ ਅਬਾਊਟ ਫੋਰ ইयर्स ਉਹਨੇ ਕਰੋਨਾ ਵਾਇਰਸ ਬਾਰੇ ਪ੍ਰੈਡਿਕਸ਼ਨ ਕੀਤੀ ਸੀ ਦੇਖੋ ਦਸੰਬਰ 2019 ਵਿੱਚ ਚਾਈਨਾ ਵਿੱਚ ਇਹ ਫੈਲਿਆ ਸੀ ਤੇ 27 28 ਜਨਵਰੀ ਚ ਇੱਕ ਦੋ ਹੋਰ ਕੇਸ ਦੇਸ਼ਾਂ ਚ ਇਹਦੇ ਕੇਸ ਆਏ ਸੀਗੇ ਪਰ 30 ਜਨਵਰੀ ਨੂੰ ਇਸ ਬੰਦੇ ਨੇ ਕਹਿ ਦਿੱਤਾ ਸੀਗਾ ਵੀ ਬਾਰਡਰ ক্লোਜ਼ ਹੋਣਗੇ ਨੈਸ਼ਨਲਿਜ਼ਮ ਵਧੂਗੀ ਯਾਨੀ ਕਿ ਜਿਹੜੇ ਆਪਦੇ ਦੇਸ਼ਾਂ ਦੇ ਲੋਕ ਆਪਦੇ ਦੇਸ਼ 'ਚ ਰਹਿਣਗੇ ਸੋਸ਼ਲ ਆਈਸੋਲੇਸ਼ਨ ਹੋਏਗੀ ਪ੍ਰੈਪਰਸ ਰਿਮੋਟ ਵਰਕ ਫੇਸ ਮਾਸਕ ਡਿਸਟਰਸਟ ਇਨ ਗਵਰਨਮੈਂਟਸ ਸਰਕਾਰਾਂ 'ਚ ਵਿਸ਼ਵਾਸ ਉੱਠੇਗਾ ਲੋਕਾਂ ਦਾ ਇਹ ਗੱਲ ਉਹਨੇ ਉਦੋਂ ਕਹੀ ਜਦੋਂ ਇਹ ਚੀਜ਼ਾਂ ਹੋਈਆਂ ਨਹੀਂ ਸੀ ਇਹ ਹੋਣੀਆਂ ਸੀਗੀਆਂ ਪਰ ਉਦੋਂ ਜਦੋਂ ਨੇ ਇਹ ਗੱਲ ਕਹੀ ਤਾ ਕਿਸੇ ਨੇ ਵੀ ਉਹਦਾ ਯਕੀਨ ਨਹੀਂ ਸੀ ਕੀਤਾ ਪਰ ਫਰਵਰੀ ਮਾਰਚ ਤੱਕ ਆਉਂਦਿਆਂ ਆਉਂਦਿਆਂ ਸਾਰੇ ਦੇਸ਼ਾਂ ਵਿੱਚ ਇਹ ਗੱਲਾਂ ਲਾਗੂ ਹੋ ਗਈਆਂ ਸੀ ਦੇਖੋ ਮਹੀਨਾ ਦੋ ਮਹੀਨੇ ਪਹਿਲਾਂ ਬੰਦੇ ਨੇ ਐਡੀ ਵੱਡੀ ਪ੍ਰੈਡਿਕਸ਼ਨ ਉਹ ਵੀ ਬਿਲਕੁਲ ਸਹੀ ਕਰ ਦਿੱਤੀ ਸੀ ਤੇ ਜੇਕਰ ਇਸ ਗੱਲ ਤੇ ਆਪਾਂ ਯਕੀਨ ਕਰੀਏ ਤੇ ਫਿਰ ਅੱਜ ਵਾਲੀ ਗੱਲ ਤੇ ਯਕੀਨ ਕਰਨਾ ਵੀ ਬੰਦ ਹੈ ਵੀ ਤਿੰਨ ਮਹੀਨਿਆਂ ਵਿੱਚ BTC ਦਾ ਪ੍ਰਾਈਸ 1 ਮਿਲੀਅਨ ਡਾਲਰ ਤੋਂ ਵੀ ਵੱਧ ਜਾਊਗਾ ਜਿਹੜਾ ਕਿ ਅੱਜ ਕੱਲ 26-27 ਹਜ਼ਾਰ ਡਾਲਰ ਤੇ ਚੱਲ ਰਿਹਾ ਹੈਗਾ ਇਹ 1 ਮਿਲੀਅਨ ਡਾਲਰ 1 ਮਿਲੀਅਨ ਡਾਲਰ ਮਤਲਬ 10 ਲੱਖ ਡਾਲਰ ਤੇ ਉਹਨੂੰ ਆਪਾਂ ਜੇਕਰ ਰੁਪਏਾਂ 'ਚ ਬਦਲਾਂਗੇ ਤਾਂ ਉਹ ਹੋ ਜਾਂਦਾ 8 ਕਰੋੜ 25 ਲੱਖ ਯਾਨੀ ਕਿ ਇੰਨਾ ਜ਼ਿਆਦਾ ਪ੍ਰਾਈਸ ਉਹ ਵੀ ਸਿਰਫ 90 ਦਿਨ ਵਿੱਚ ਤਾਂ ਇਹਦੇ ਪਿੱਛੇ ਉਹਨੇ ਇੱਕ ਕਾਰਨ ਕੀ ਦੱਸਿਆ ਹੋਇਆ ਉਹਨੇ ਕਾਰਨ ਦੱਸਿਆ ਇੱਕ ਤਾਂ ਉਹ ਕਹਿੰਦਾ ਵੀ 2008 ਵਿੱਚ ਜਿਹੜੇ ਬੈਂਕਰ ਸੀਗੇ ਉਹਨਾਂ ਨੇ ਸਾਨੂੰ ਝੂਠ ਬੋਲਿਆ ਸੀ ਕਿਉਂਕਿ 2008 ਵਿੱਚ ਵੀ ਮੰਦੀ ਆਈ ਸੀ ਤੇ ਉਦੋਂ ਵੀ ਜਿਹੜੀ ਹੈਗੀ ਇਹ ਬਹੁਤ ਜ਼ਿਆਦਾ ਵੀ ਯੂ ਐਸ اے ਦੀ ਇਕਨੋਮੀ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਹੋ ਗਈ ਸੀ ਤੇ ਉੱਥੇ ਬਹੁਤ ਜ਼ਿਆਦਾ ਮੰਦੀ ਆ ਗਈ ਸੀ ਇਹਦੇ ਨਾਲ ਨਾਲ ਕਹਿੰਦਾ ਰੈਗੂਲੇਟਰਸ ਜਿਹੜੇ ਹੈਗੇ ਆ ਜਿਵੇਂ ਫੈਟ ਵਗੈਰਾ ਹੈਗੇ ਆ ਉਹਨਾਂ ਨੂੰ ਪਤਾ ਸੀ ਵੀ ਜਿਹੜੇ ਬੈਂਕ ਹੈਗੇ ਇਨਸਾਲਵੈਂਟ ਨੇ ਮਤਲਬ ਉਹਨਾਂ ਕੋਲ ਪੈਸਾ ਜਮ੍ਹਾਂ ਘਟ ਹੋਇਆ ਪਰ ਲੋਕਾਂ ਦੀਆਂ ਦੇਣਦਾਰੀਆਂ ਬਹੁਤ ਜ਼ਿਆਦਾ ਸੀਗੀਆਂ ਇਸ ਪਰ ਉਹਨਾਂ ਨੇ ਡਿਪੋਜ਼ੀਟਰ ਨੂੰ ਨੋਟੀਫਾਈ ਨਹੀਂ ਕੀਤਾ ਯਾਨੀ ਕਿ ਡਿਪੋਜ਼ੀਟਰ ਨੂੰ ਇਸ ਚੀਜ਼ ਬਾਰੇ ਨਹੀਂ ਦੱਸਿਆ ਨਹੀਂ ਤਾਂ ਲੋਕਾਂ ਨੇ ਉਹਨਾਂ ਬੈਂਕਾਂ ਵਿੱਚ ਆਪਦਾ ਪੈਸਾ ਜਮ੍ਹਾਂ ਕਰਨਾ ਹੀ ਬੰਦ ਕਰ ਦੇਣਾ ਸੀਗਾ ਪਰ ਜਿਹੜੇ ਰੈਗੂਲੇਟਰ ਹੈ ਉਹਨਾਂ ਨੂੰ ਦੱਸਣਾ ਚਾਹੀਦਾ ਸੀ ਲੋਕਾਂ ਨੂੰ ਵੀ ਤੁਹਾਡੇ ਨਾਲ ਕੀ ਹੋ ਰਿਹਾ ਹੈਗਾ ਹਾਦਸਾ ਇਹਦੇ ਨਾਲ ਨਾਲ ਹੋਰ ਗੱਲ ਵੀ ਉਹਨੇ ਕੀ ਕਹੀ ਹੈ ਉਹਨੇ ਇਹ ਵੀ ਕਿਹਾ ਵੀ ਬਹੁਤ ਸਾਰੇ ਜਿਹੜੇ ਬੈਂਕ ਹੈਗੇ ਆ ਉਹ ਹਨ ਡੈਡ ਹੋ ਰਹੇ ਨੇ ਕਿਉਂਕਿ ਪਿਛਲੇ ਦਿਨੀ ਇੱਕ ਰਿਪੋਰਟ ਆਈ ਸੀ ਵੀ 100 ਤੋਂ ਵੀ ਜ਼ਿਆਦਾ ਲਗਭਗ 186 ਬੈਂਕ ਅਜੇਹੇ ਹੈਗੇ ਆ ਜਿਨ੍ਹਾਂ ਦੀ ਹਾਲਤ ਸਿਲੀਕਾਨ ਵੈਲੀ ਬੈਂਕ ਦੇ ਲਗਭਗ ਨਾਲ ਦੀ ਹੀ ਹੈ ਯਾਨੀ ਕਿ 186 ਬੈਂਕ ਉਥੇ ਡੁੱਬ ਸਕਦੇ ਨੇ ਮੈਨੀ ਮੋਰ ਆਰ ਗੋਇੰਗ ਟੂ ਡਾਈ ਕਿੰਨੇ ਸਾਰੇ ਕਹਿੰਦਾ ਵੀ ਡੁੱਬ ਗਏ ਮਤਲਬ ਤਿੰਨ ਚਾਰ ਬੈਂਕ ਜਿਹੜੇ ਕੋਲਾਪਸ ਹੋ ਗਏ ਤੇ ਕਿੰਨੇ ਹਜੇ ਹੋਰ ਕੋਲਾਪਸ ਹੋਣਗੇ ਇਹ ਸਾਰਾ ਕੁਝ ਕਿਹਦੇ ਕਾਰਨ ਹੋਇਆ ਫੈਟ ਕਾਰਨ ਪਾਵਲ ਕਾਰਨ ਕਿਉਂਕਿ ਉਹਨਾਂ ਨੇ ਇੰਟਰਸਟ ਰੇਟ ਵਧਾਉਂਦੇ ਗਏ ਜਿਹਦੇ ਕਾਰਨ ਬੈਂਕਾਂ ਦੀਆਂ ਦੇਣਦਾਰੀਆਂ ਵੀ ਵਧਦੀਆਂ ਗਈਆਂ ਲੋਕ ਬੈਂਕਾਂ ਵਿੱਚ ਪੈਸੇ ਘੱਟ ਜਮਾ ਕਰਾਉਣ ਲੱਗ ਪਏ ਕਿਉਂਕਿ ਉਹਨਾਂ ਨੇ ਆਪਦੇ ਖਰਚੇ ਵਧੇ ਮਹਿੰਗਾਈ ਵਧੀ ਤਾਂ ਉਹਨਾਂ ਦੇ ਖਰਚੇ ਹੋਰ ਪਾਸੇ ਹੋਣ ਲੱਗੇ ਬੈਂਕਾਂ ਵਿੱਚ ਪੈਸਾ ਘਟ ਆਇਆ ਤਾਂ ਇਸੇ ਕਰਕੇ ਬੈਂਕ ਜਿਹੜੇ ਕੋਲਾਪਸ ਹੋਣ ਲੱਗ ਪਏ ਹੁਣ ਯੂਐਸਏ ਦੀ ਇਕਨੋਮੀ ਵਿੱਚ ਕੀ ਹੋ ਰਿਹਾ ਹੈ ਕਿ ਉਹ ਵੀ ਸਾਰੀਆਂ ਗੱਲਾਂ ਉਹਨੇ ਇੱਥੇ ਟਵਿੱਟਰ ਹੈਂਡਲ 'ਤੇ ਆਪਦੇ ਜੀ ਕਹੀਆਂ ਹੋਈਆਂ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਬਾਲਾ ਜੀ ਦੇ ਟਵਿੱਟਰ ਹੈਂਡਲ ਤੇ ਨਾਲ ਉਹਨੇ ਇਹ ਵੀ ਗੱਲ ਕਹੀ ਹੋਈ ਹੈ ਵੀ ਹੁਣ ਉੱਥੋਂ ਦਾ ਜਿਹੜਾ ਗਵਰਨਮੈਂਟ ਹੈਗੀ ਯੂਐਸ ਦੀ ਉਹ ਵੱਧੂ ਡਾਲਰ ਪ੍ਰਿੰਟ ਕਰੂਗੀ ਕਾਫੀ ਬਿਲੀਅਨ ਡਾਲਰਸ ਦੀ ਤਾਂ ਉਹਨੇ ਪਿਛਲੇ ਦਿਨੀ ਗੱਲ ਕਹਿ ਦਿੱਤੀ ਸੀ ਵੀ ਐਨੇ ਡਾਲਰ ਉਹ ਪ੍ਰਿੰਟ ਕਰਨਗੇ ਤਾਂ ਕਿ ਜਿਹੜੇ ਬੈਂਕ ਜਿਹੜੇ ਡੁੱਬੇ ਹੈਗੇ ਆ ਇਹਨਾਂ ਨੂੰ ਬੈਕਅਪ ਪ੍ਰੋਵਾਈਡ ਕੀਤਾ ਜਾ ਸਕੇ ਪਰ ਦੇਖੋ ਇੱਕ ਦੋ ਤਿੰਨ ਬੈਂਕਾਂ ਦੀ ਗੱਲ ਹੁੰਦੀ ਤਾਂ ਕੋਈ ਗੱਲ ਨਹੀਂ ਸੀ ਹੁਣ 100 ਤੋਂ ਵੀ ਜ਼ਿਆਦਾ ਬੈਂਕ ਡੁੱਬ ਰਹੇ ਨੇ ਤਾਂ ਇੰਨੇ ਬੈਂਕਾਂ ਨੂੰ ਦੇਖੋ ਸੰਭਾਲਣ ਦੇ ਲਈ ਕਿੰਨਾ ਜ਼ਿਆਦਾ ਪੈਸਾ ਪ੍ਰਿੰਟ ਕੀਤਾ ਜਾਊਗਾ ਜਦੋਂ ਪੈਸਾ ਇੰਨਾ ਜ਼ਿਆਦਾ ਪ੍ਰਿੰਟ ਕੀਤਾ ਜਾਊ ਤਾਂ ਉੱਥੇ ਹਾਈਪਰ ਇਨਫਲੇਸ਼ਨ ਆਵੇਗੀ ਹੀ ਆਵੇਗੀ ਇੱਕ ਹੁੰਦੀ ਇਨਫਲੇਸ਼ਨ ਮਹਿੰਗਾਈ ਇੱਕ ਹੁੰਦੀ ਹਾਈਪਰ ਇਨਫਲੇਸ਼ਨ ਯਾਨੀ ਕਿ ਹੱਦੋਂ ਵੱਧ ਕੇ ਮਹਿੰਗਾਈ ਜਦੋਂ ਹੱਦੋਂ ਵੱਧ ਕੇ ਮਹਿੰਗਾਈ ਆਊਗੀ ਤਾਂ ਲੋਕ ਕੀ ਕਰਨਗੇ ਬਿਆਵ ਦਾ ਕੀਮਤੀ ਪੈਸਾ ਪੈਸੇ ਦੀ ਕੀਮਤ ਵਧਾਉਣ ਦੇ ਲਈ ਪੈਸੇ ਦੀ ਕੀਮਤ ਨੂੰ ਉਹੀ ਸਥਿਰ ਰੱਖਣ ਦੇ ਲਈ ਜਿਵੇਂ ਲੋਕੀ ਸੋਨਾ ਖਰੀਦ ਕੇ ਰੱਖ ਲੈਂਦੇ ਆ ਨਾ ਓਵੇਂ ਬਿਟਕੋਇਨ ਵਿੱਚ ਇਨਵੈਸਟ ਕਰਨਗੇ ਕਿਉਂਕਿ ਸਭ ਤੋਂ ਸੇਫੇਸਟ ਜਿਹੜੀ ਕ੍ਰਿਪਟੋ ਕਰੰਸੀ ਆਪਾਂ ਕਹਿ ਸਕਦੇ ਆ ਬਿਟਕੋਇਨ ਹੈਗਾ ਤੇ ਬਿਟਕੋਇਨ ਨੇ ਆਪਦੇ ਪ੍ਰਾਈਸ ਨੂੰ ਬਹੁਤ ਵਧੀਆ ਰੀਟੇਨ ਕਰਕੇ ਰੱਖਿਆ ਹੈ ਕਿਉਂਕਿ ਇੱਕ ਬਿਟਕੋਇਨ ਹਮੇਸ਼ਾ ਇੱਕ ਬਿਟਕੋਇਨ ਦੇ ਬਰਾਬਰ ਹੀ ਰਹੂਗਾ ਫੈਡ ਜਿੰਨਾ ਮਨ ਕਰੇ ਜਿੰਨਾ ਜੀ ਕਰੇ ਉਹਨਾ ਯੂਐਸ ਡਾਲਰ ਪ੍ਰਿੰਟ ਕਰ ਸਕਦਾ ਹੈ ਤੇ ਇੰਨਾ ਜ਼ਿਆਦਾ ਜਦੋਂ ਯੂਐਸ ਡਾਲਰ ਪ੍ਰਿੰਟ ਹੋਏਗਾ ਮਾਰਕੀਟ ਵਿੱਚ ਆਊਗਾ ਤਾਂ ਨੇਚਰਲੀ ਲੋਕਾਂ ਦਾ ਰੁਝਾਨ ਜਿਹੜਾ ਹੈਗਾ ਕ੍ਰਿਪਟੋ ਕਰੰਸੀ ਮਾਰਕੀਟ ਦੇ ਨਾਲ-ਨਾਲ ਸ਼ੇਅਰ ਮਾਰਕੀਟ ਵੱਲ ਵਧੇਗਾ ਤਾਂ ਇਸ ਕਰਕੇ ਇਹਨਾਂ ਸਾਰੀਆਂ ਗੱਲਾਂ ਨੂੰ ਜਾਂਚਦੇ ਹੋਏ ਉਹਨੇ ਇਹ ਗੱਲ ਕਹੀ ਹੈ ਵੀ 90 ਦਿਨਾਂ ਦੇ ਵਿੱਚ ਵਿੱਚ ਦੇਖੋ ਕਿੰਨਾ ਥੋੜਾ ਨੇ ਟਾਈਮ ਦਿੱਤਾ ਹੈਗਾ ਵੀ 90 ਦਿਨਾਂ ਦੇ ਵਿੱਚ ਵਿੱਚ ਹੀ ਬਿਟਕੋਇਨ ਦਾ ਪ੍ਰਾਈਸ 1 ਮਿਲੀਅਨ ਡਾਲਰ ਤੋਂ ਵੀ ਪਾਰ ਹੋ ਜਾਊਗਾ ਤੇ ਨਾਲ ਹੀ ਉਹਨੇ ਇਹ ਵੀ ਕਿਹਾ ਵੀ ਬਿਟਕੋਇਨ ਖਰੀਦ ਕੇ ਆਪਦੇ ਸੈਲਫ ਕਸਟਡੀ ਵਾਲਟ ਵਿੱਚ ਰੱਖੋ ਕਿਸੇ ਵੀ ਐਕਸਚੇਂਜ ਤੇ ਨਾ ਰੱਖੋ ਬਲਕਿ ਜਿਹੜੇ ਤੁਹਾਡੇ ਵਾਲਟਸ ਨੇ ਜਿਹੜੀਆਂ ਕੀਜ਼ ਤੁਹਾਡੇ ਕੋਲ ਹੋਣਗੀਆਂ ਉਹਦੇ ਵਿੱਚ ਰੱਖੋ ਉਹਨੇ ਇਹ ਕਿਹਾ ਵੀ ਥੋੜੇ ਦਿਨਾਂ ਤੱਕ ਬਹੁਤ ਵੱਡਾ ਜਿਹੜਾ ਅਰਾਜਕਤਾ ਆਜੂਗੀ ਯੂਐਸਏ ਵਿੱਚ ਦੇਖੋ ਐਡੀ ਵੱਡੀਆਂ ਨੇ ਪ੍ਰੈਡਿਕਸ਼ਨ ਕੀਤੀ ਹੈ ਬਾਕੀ ਤੁਸੀਂ ਵੀ ਕਮੈਂਟ ਕਰਿਓ ਵੀ ਤੁਹਾਨੂੰ ਕੀ ਲੱਗਦਾ ਹੈ ਵੀ ਇਹਦੀ ਪ੍ਰੈਡਿਕਸ਼ਨ ਸੱਚ ਹੋਊਗੀ ਕੀ ਇਹ ਬੰਦਾ ਸ਼ਰਤ ਜਿੱਤ ਜਾਏਗਾ ਜਾਂ ਹਾਰ ਜਾਏਗਾ ਤੇ ਬਾਕੀ ਤੁਸੀਂ ਕ੍ਰਿਪਟੋ ਕਰੰਸੀ ਬਾਰੇ ਕਿਸੇ ਵੀ ਤਰ੍ਹਾਂ ਦੀ ਡਿਸਕਸ਼ਨ ਜਾਂ ਕੋਈ ਵੀ ਤੁਹਾਡੀ ਪ੍ਰੋਬਲਮ ਹੈਗੀ ਏ ਉਸ ਬਾਰੇ ਆਪਦੇ ਵਿਚਾਰ ਵਿਮਰਸ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਟੈਲੀਗ੍ਰam ਗਰੁੱਪ ਅਰਨਵਿਤ ਕੁਲਵਿੰਦਰ ਜੁਆਇਨ ਕਰ ਸਕਦੇ ਹੋ ਉਹ ਇੱਕ ਗਰੁੱਪ ਏ ਉੱਤੇ ਤੁਸੀਂ ਆਪਦਾ ਕੋਈ ਵੀ ਮੈਸੇਜ ਪੋਸਟ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਡਿਸਕਸ਼ਨ ਕਰ ਸਕਦੇ ਹੋ ਬਾਕੀ ਕੋਈ ਵੀ ਜਿਹੜੀ ਲੇਟੈਸਟ ਅਪਡੇਟ ਆਉਂਦੀ ਹੈਗੀ ਕ੍ਰਿਪਟੋ ਕਰੰਸੀ ਬਾਰੇ ਉਹਦੇ ਬਾਰੇ ਸਭ ਤੋਂ ਪਹਿਲਾਂ ਮੈਂ ਉੱਥੇ ਟੈਲੀਗ੍ਰam ਗਰੁੱਪ ਉੱਤੇ ਸ਼ੇਅਰ ਕਰਦਾ ਹੈਗਾ ਤਾਂ ਤੁਸੀਂ ਵੀ ਉਹ ਗਰੁੱਪ ਜ਼ਰੂਰ ਜੁਆਇਨ ਕਰੋ ਤੇ ਆਪਾਂ ਹੌਲੀ ਹੌਲੀ ਨਵੀਆਂ-ਨਵੀਆਂ ਚੀਜ਼ਾਂ ਕ੍ਰਿਪਟੋ ਕਰੰਸੀ ਵਿੱਚ ਸਿੱਖਾਂਗੇ ਉਸ ਗਰੁੱਪ ਦੀ ਹੈਲਪ ਦੇ ਨਾਲ ਤੇ ਉਸ ਗਰੁੱਪ ਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਵੀ ਮਿਲ ਜੂਗਾ ਤੇ ਸਭ ਤੋਂ ਪਹਿਲੇ ਕਮੈਂਟ ਵਿੱਚ ਵੀ ਮਿਲ ਜੂਗਾ ਤਾਂ ਅੱਜ ਦੀ ਵੀਡੀਓ ਵਿੱਚ ਐਨਆਈ ਜਲਦੀ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤੈਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਵੱਤ-ਵਤ ਕਮੈਂਟ ਕਰੋ ਥੈਂਕ ਯੂ